हाँ जी डिटेक्टिव पंजाब देख रहे सारे दोस्तों का प्यार भरी सत श्री अकाल नाल स्वागत किया जाता है। साड़ी वीडियो नू जल्दी जल्दी जरूर शेयर कर दो, साड़े चैनल नू जरूर सबसक्राइब कर लो, बैल दे नोटिफिकेशन नू ऑन कर लो ता जो सोशल मीडिया की सारी खबरां थोड़े तक सब तो पहला पहुँच सकन। खबर वाल अगे वधदे होए तुहानू दस दें कि पंजाब सरकार यानी कि आम आदमी पार्टी भगवंत मान अते केजरीवाल ने आम आदमी पार्टी दे पंजाब विच सरकार बनने तो पहला कुछ वादे किए थे, जिन्हां विच एक वादा सी कि वह नशा तस्करी अते नशे नू पंजाब विच खत्म कर देंगे, पर अजिहा हजे तक कुछ भी नहीं होया। ए उदों गल उठी जदों एक कुड़ी ने सोशल मीडिया दे उत्ते आके लाइव होके इस गल दा जिक्र कीता अते उसने दस्या कि उसदे फादर साहब नू किवें गुंडियां वालों अते उत्थे दे आम आदमी पार्टी दे MLA वालों कुटिया गया अते उन्हां दे फोन नू भी खो लिया गया। अते पिछले ही दिनी सरदार भगत सिंह दी शहीदी दिवस नू समर्पित करदिया श्रद्धांजलि देंदिया उन्हां ने एक नंबर जारी किया सी, जिहदे उत्ते उन्हां ने कहा सी जेकर कोई भी करप्शन हुंदी तुहानू नज़र आवे अते कोई भी तंगी तुहानू नज़र आउंदी आ तां तुसीं उस उत्ते शिकायत दर्ज कर सकदे आ ते पंजाब सरकार सब तो पहलां उस ते एक्शन लवेगी अते कोई भी उन्हां नाल हो रहे धक्के की वीडियो बना के भेज सकता है। हुण कुड़ी वल्लों तां वीडियो भेज दित्ती गई है, हुण देखांगे कि भगवंत मान ते आम आदमी पार्टी दे उत्ते किन्नी छेती कार्रवाई करदे हन। अते तुसीं भी कमेंट करके दस्सो जेकर तुसीं आम आदमी पार्टी दे कीतियां तो प्रसन्न हो अते तुहानूं इह लगदा है कि पंजाब विच तरक्की हो रही है। अते असीं वीडियो वल अगे वधदे होए तुहानूं उस वीडियो नूं शेयर करदे होए दिखाउंदे आ। आओ अगे असीं वीडियो देखिए अते फिर गल करदे आ जी। ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਆ ਕਿ ਇਹ ਮੇਰੀ ਆਵਾਜ਼ ਭਗਵੰਤ ਮਾਨ ਜੀ ਤੱਕ ਪਹੁੰਚ ਜਾਵੇ। ਅਸੀਂ ਅਨਗੜ੍ਹ ਦੇ ਵਾਸੀ ਹੈਗੇ ਹਾਂ, ਮੈਂ, ਮੇਰੇ ਫਾਦਰ ਅਤੇ ਮੇਰਾ ਬ੍ਰਦਰ। ਸ਼ੁਰੂ ਤੋਂ ਹੀ ਅਸੀਂ ਨਸ਼ੇ ਦੇ ਖਿਲਾਫ ਜੰਗ ਲੜੀ ਆ ਉੱਥੇ ਇੰਨੇ ਕ੍ਰਿਮੀਨਲ ਏਰੀਏ ਵਿੱਚ ਜਿੱਥੇ ਨਸ਼ੇ ਦੇ ਸੌਦਾਗਰ ਰਹਿੰਦੇ ਆ ਵੱਡੇ ਵੱਡੇ ਹਥਿਆਰਾਂ ਨਾਲ, ਜਿੱਥੇ ਪਤਾ ਨਹੀਂ ਕਿਹੜੇ ਵੇਲੇ ਉਹਨਾਂ ਨੇ ਬਹੁਤ ਕੁਛ ਕਰ ਦੇਣਾ ਆ। ਅਸੀਂ ਬੜੀਆਂ ਜੰਗਾਂ ਉੱਥੇ ਲੜੀਆਂ ਨੇ, ਸਾਡੀ ਕਿਸੇ ਨੇ ਹੈਲਪ ਨਹੀਂ ਕੀਤੀ। ਅਸੀਂ ਸੋਚਿਆ ਕਿ ਹਾਂ ਇਸ ਵਾਰ ਕੁਛ ਨਾ ਕੁਛ ਅਲੱਗ ਹੋਏਗਾ। ਅੱਜ ਮੇਰੇ ਫਾਦਰ ਜਿਹੜੇ ਸੀਨੀਅਰ ਸਿਟੀਜ਼ਨ ਨੇ 60 ਸਾਲ ਦੇ ਨੇ, ਉਹਨਾਂ ਨੂੰ ਆਣ ਕੇ ਨਸ਼ੇ ਦੇ ਸੌਦਾਗਰਾਂ ਨੇ ਕੁੱਟਿਆ, ਠੀਕ ਆ, ਉਹਨਾਂ ਨੇ ਮਾਰਿਆ ਉਹਨਾਂ ਨੇ, ਅਤੇ ਉਹਨਾਂ ਦਾ ਦੰਦ ਵੀ ਤੋੜਿਆ, ਉਹਨਾਂ ਨੂੰ ਕੁੱਟਿਆ, ਅਤੇ ਨਾਲ ਜਦੋਂ ਥਾਣੇ ਅਸੀਂ ਰਿਪੋਰਟ ਲਿਖਾਉਣ ਗਏ ਅਤੇ ਪੁਲਿਸ ਵਾਲਿਆਂ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ। ਅਤੇ ਉੱਥੋਂ ਦਾ ਜਿਹੜਾ ਪ੍ਰਧਾਨ ਬਣਾਇਆ ਆਮ ਆਦਮੀ ਪਾਰਟੀ ਨੇ ਉਸ ਏਰੀਏ ਦਾ, ਅਨਗੜ੍ਹ ਦਾ, ਸਨੀ ਸਹੋਤੇ ਨੇ ਕਿਹਾ ਕਿ ਹੁਣ ਸਾਡੀ ਪਾਰਟੀ ਹੈਗੀ ਆ, ਹੁਣ ਤੁਹਾਨੂੰ ਦੱਸਦੇ ਹਾਂ। ਉਹ ਸਨੀ ਸਹੋਤੇ ਦਾ ਬੈਕਗ੍ਰਾਊਂਡ ਪਤਾ ਕੀ ਆ, ਉਹ ਇੱਕ ਨੰਬਰ ਦਾ ਚੋਰ ਹੈਗਾ ਆ, 6 ਮਹੀਨੇ ਅੱਗੇ ਜੇਲ੍ਹ ਕੱਟ ਕੇ ਆਇਆ ਆ। ਉੱਥੋਂ ਦੀ ਪੁਲਿਸ ਨੂੰ ਪਤਾ ਵੀ ਸੀ, ਪਰ ਉਹਨਾਂ ਨੇ ਮੈਨੂੰ ਗਾਲੀ ਗਲੋਚ ਕੀਤਾ। ਤੁਸੀਂ ਕਹਿੰਦੇ ਨਾ ਵੀਡੀਓ ਬਣਾ ਕੇ ਭੇਜੋ, ਵੀਡੀਓ ਕਿੱਥੋਂ ਬਣਾ ਕੇ ਭੇਜੀਏ, 20 ਬੰਦਿਆਂ ਨੇ ਸਾਡਾ ਫੋਨ ਖੋਲਿਆ ਸੀ ਉੱਥੇ। ਪਲੀਜ਼, ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ, ਸਾਨੂੰ ਇਨਸਾਫ ਚਾਹੀਦਾ, ਸਾਨੂੰ ਕਿਸੇ ਕੋਈ ਪਾਰਟੀ ਮਤਲਬ ਨਹੀਂ ਹੈਗਾ। ਜੇਕਰ ਤੁਸੀਂ ਕਹਿੰਦੇ ਨਾ ਨਸ਼ੇ ਬੰਦ, ਇਹ ਝੂਠ ਆ, ਕੋਈ ਸਰਕਾਰ ਨਸ਼ੇ ਨਹੀਂ ਬੰਦ ਕਰ ਰਹੀ। ਸਾਡੇ ਵਰਗੇ ਜਿਹੜੇ ਚੀਜ਼ ਲਈ ਕਦਮ ਉਠਾਉਂਦੇ ਆ ਨਾ, ਉਹਨਾਂ ਨੂੰ ਇਹ ਹੁੰਦਾ ਆ। ਮੈਂ ਟਾਟ ਕਟਾਰੀ ਸੀ ਆਪਣੇ ਫਾਦਰ ਸਾਹਿਬ ਦੀ, ਪੁਲਿਸ ਵਾਲਿਆਂ ਨੇ ਵੀ ਰਲ ਕੇ ਉੱਥੇ ਗਾਲਾਂ ਕੱਢੀਆਂ, ਮਤਲਬ ਕੋਈ ਵੀ ਸਾਡਾ ਸਾਥ ਨਹੀਂ ਦਿੰਦਾ। ਮੈਂ ਇੱਥੇ ਹੋਸਪਿਟਲ ਆਈ ਹਾਂ, ਮੇਰੇ ਫਾਦਰ ਸਾਹਿਬ ਸ਼ੂਗਰ ਦੇ ਮਰੀਜ਼ ਨੇ, HIBP ਦੇ ਮਰੀਜ਼ ਨੇ, ਉਹਨਾਂ ਨੂੰ ਉੱਥੇ ਜਿਹੜੇ ਨਸ਼ੇ ਦੇ ਸੌਦਾਗਰ ਉਹਨਾਂ ਨੇ ਕੁੱਟਿਆ ਮੇਰੇ ਫਾਦਰ ਨੂੰ, ਪਰ ਸਾਡੇ ਥਾਣੇ ਵਾਲੇ ਨੇ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਉੱਤੋਂ ਸਨੀ ਸਹੋਤਾ ਜਿਹੜਾ ਇੱਕ ਨੰਬਰ ਦਾ ਚੋਰ ਬੰਦਾ, ਉਹਨਾਂ ਨੇ ਪ੍ਰਧਾਨ ਬਣਾਇਆ ਆਮ ਆਦਮੀ ਪਾਰਟੀ ਦਾ, ਉਹਨੇ ਸਾਨੂੰ ਧਮਕੀਆਂ ਲਾਈਆਂ। ਮੈਂ ਐਮਰਜੈਂਸੀ ਇੱਥੇ ਆਈ ਹਾਂ, ਅੰਮ੍ਰਿਤਸਰ ਇੱਥੇ ਹੋਸਪਿਟਲ ਆਈ ਹਾਂ। ਪਲੀਜ਼, ਮੇਰੀ ਰਿਕੁਐਸਟ ਹੈਗੀ ਹੈ, ਮੈਂ ਉਸ ਜਗ੍ਹਾ ਜਾ ਨਹੀਂ ਸਕਦੀ ਦੁਬਾਰਾ। ਇਹ ਡਾਟ ਲੈ ਕੇ ਮੇਰੀ ਹੈਲਪ ਕੀਤੀ ਜਾਵੇ ਜੇ ਕਰ ਸਕਦੇ ਹੋ, ਨਹੀਂ ਤਾਂ ਮੈਂ ਵੀਡੀਓ ਸਾਰੇ ਪਾਸੇ ਪਹੁੰਚਾਵਾਂਗੀ, ਤਾਂ ਜੇ ਮੇਰੀ ਵੀਡੀਓ ਹਰ ਜਗ੍ਹਾ ਪਹੁੰਚੇ ਕਿ ਇੱਥੇ ਗੁੰਡਾਗਰਦੀ ਅਤੇ ਨਸ਼ਾ ਬਹੁਤ ਜ਼ਿਆਦਾ ਆ, ਕੋਈ ਵੀ ਇਹਦੀ ਬਲੀ ਚੜ੍ਹ ਸਕਦਾ ਆ। ਜੇਕਰ ਸਾਡੀ ਹੈਲਪ ਅੱਜ ਨਾ ਹੋਈ ਤਾਂ ਕੋਈ ਵੀ ਚੰਗੇ ਕੰਮ ਨਹੀਂ ਕਰੇਗਾ, ਇੱਦਾਂ ਬਲੀਆਂ ਚੜ੍ਹਦੀ ਰਿਹਾ। ਮੇਰੇ ਫਾਦਰ ਨੂੰ ਕੁਛ ਹੋ ਗਿਆ ਅਤੇ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ? ਪਲੀਜ਼, ਮੇਰੇ ਫਾਦਰ ਦੀ ਜਾਨ ਵਾਸਤੇ ਅਤੇ ਉਹਨਾਂ ਲੱਖਾਂ ਜਾਨਾਂ ਵਾਸਤੇ। ਅਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਹੋ ਕਿ ਕੁੜੀ ਦੇ ਨਾਲ ਅਤੇ ਉਹਦੀ ਫੈਮਿਲੀ ਨਾਲ ਕਿਵੇਂ ਧੱਕਾ ਹੋ ਰਿਹਾ ਹੈ, ਅਤੇ ਹੁਣ ਦੇਖਾਂਗੇ ਕਿ ਪੰਜਾਬ ਸਰਕਾਰ ਉਹਨਾਂ ਨੂੰ ਨਿਆਂ ਕਦੋਂ ਅਤੇ ਕਿਵੇਂ ਦਵਾਉਂਦੀ ਹੈ, ਅਤੇ
ਤੁਸੀਂ ਵੀ ਇਹ ਦੱਸੋ ਕਿ ਤੁਹਾਨੂੰ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਲਈ ਅਹਿਮ ਕਦਮ ਉੱਠ ਗਏ ਹਨ ਅਤੇ ਉਹ ਕਾਰਵਾਈ ਕਰਨਗੇ। ਅਗਰ ਜੇਕਰ ਤੁਹਾਨੂੰ ਇਹੋ ਜਿਹਾ ਕੁਝ ਲੱਗਦਾ ਹੈ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਸ ਕੁੜੀ ਨੂੰ ਵੀ ਨਿਆਂ ਦਿਵਾਉਣ ਲਈ ਪੰਜਾਬ ਸਰਕਾਰ ਨੂੰ ਕੋਈ ਨਾ ਕੋਈ ਠੋਸ ਕਦਮ ਉਠਾ ਲੈਣਾ ਚਾਹੀਦਾ ਹੈ। ਜੇਕਰ ਇਹੋ ਜਿਹਾ ਕੋਈ ਵੀ ਇਸ ਵੀਡੀਓ ਰਿਗਾਰਡਿੰਗ ਕੋਈ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਜਲਦ ਹੀ ਸ਼ੇਅਰ ਕਰਾਂਗੇ ਅਤੇ ਤੁਸੀਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਡਿਟੈਕਟਿਵ ਪੰਜਾਬ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਵੀਡੀਓ ਅਤੇ ਹਰੇਕ ਸੋਸ਼ਲ ਮੀਡੀਆ ਦੀ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸਾਡਾ ਤੁਹਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਥੈਂਕ ਯੂ।